2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਵੀ ਕਾफी ਸਖਤੀ ਵਰਤੀ ਨਜ਼ਰ ਆ ਰਹੀ ਹੈ ਤੇ ਹੁਣ ਤੱਕ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ 396 ਕਰੋੜ ਦੀਆਂ ਅਵਸਥਾ ਬਰામਦ ਕੀਤੀਆਂ ਨੇ ਇਹਦੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਵਾਰ ਜਿਹੜਾ ਚੋਣ ਕਮਿਸ਼ਨ ਹੈ ਉਹ ਕਾਫੀ ਡਾਡੀ ਨਜ਼ਰ ਰੱਖ ਰਿਹਾ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਇਹ ਖੁਲਾਸਾ ਅੱਜ ਕੀਤਾ ਕਿ 396 ਕਰੋੜ ਰੁਪਏ ਤੋਂ ਵੱਧ ਦੀਆਂ ਅਵਸਥਾ ਪੰਜਾਬ ਦੇ ਜਿਹੜੇ ਦਸਤੇ ਨੇ ਪਮੇ ਸੁਰੱਖਿਆ ਦੇ ਹੋਣ ਆਪਕਾਰੀ ਵਿਭਾਗ ਦੇ ਹੋਣ ਇਹਨਾਂ ਸਾਰਿਆਂ ਨੇ ਉਬਰਾਮਤ ਕੀਤੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ 8 ਤੇ 9 ਤਰੀਕ ਨੂੰ ਦੋ ਵਰਚੁਅਲ ਰੈਲੀਆਂ ਦਾ ਪਲਾਨ ਕੀਤਾ ਸੀ ਕੱਲ ਉਹਨਾਂ ਨੇ ਇੱਕ ਰੈਲੀ ਕੀਤੀ ਵੀ ਹੈ ਜਿਦੇ ਵਿੱਚ ਉਹਨਾਂ ਨੇ ਕਾਂਗਰਸ ਤੇ ਬੜੀਆਂ ਟਕੋਰਾ ਮਾਰੀਆਂ ਕਿ ਕਾਂਗਰਸ ਨੇ ਜੇ ਨਾ ਹੁੰਦੀ ਤਾਂ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਮੰਤਰੀ ਸਾਹਿਬ ਇਹ ਕਿਉਂ ਭੁੱਲ ਗਏ ਜਦੋਂ ਗੋਦਰਾ ਕਾਂਡ ਵਾਪਰਿਆ ਸੀ ਉੱਥੇ ਕਤਲੇਆਮ ਹੋਇਆ ਉਹ ਕਿਹਨੇ ਕਰਾਇਆ ਸੀ ਹੂੰ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਦੇ ਵਿੱਚ ਕਤਲੇਆਮ ਕਿਹਨੇ ਕਰਾਇਆ ਸੀ ਉੱਥੇ ਹਾਲਾਤ ਕਿਉਂ ਹੋਏ ਕੁਝ ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਇਹਨਾਂ ਨੂੰ ਬੰਦੀ ਸਿੱਖਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਹੂੰ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਦਿਨ ਮੋਦੀ ਸਾਹਿਬ ਹੂੰ ਕੋਈ ਨਾ ਕੋਈ ਐਲਾਨ ਜ਼ਰੂਰ ਪੰਜਾਬ ਦੇ ਲੋਕਾਂ ਲਈ ਕਰਨੇ। ਬੀਜੇਪੀ ਦੀ ਟੋਨ ਮਨੋਰਥ ਪੱਤਰ ਦੀ ਤਾਂ ਉਹਨਾਂ ਦੇ ਵਿੱਚ ਇੱਕ ਐਲਾਨ ਆ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਕਿ 5 ਏਕੜ ਵਾਲੇ ਕਿਸਾਨਾਂ ਦਾ ਜਿਹੜਾ ਪੂਰਾ ਕਰਜ਼ਾ ਉਹ ਮੁਆਫ ਕੀਤਾ ਜਾਵੇ। ਕਿਸਾਨਾਂ ਦੀਆਂ ਮੰਗਾਂ ਦੇ ਮੰਗ ਪੱਤਰ ਦੇ ਵਿੱਚ ਇਹ ਚੀਜ਼ਾਂ ਵੀ ਸੀ ਕਿ ਸਾਡਾ ਕਰਜ਼ਾ ਮਾਫ ਹੋਵੇ। ਹੂੰ। ਜੇ ਪੂੰਜੀ ਪੱਤੀਆਂ ਦਾ ਵੱਡਾ ਕਰਜ਼ਾ ਅਰਬਾਂ ਦੇ ਵਿੱਚ ਮਾਫ ਕੀਤਾ ਜਾ ਸਕਦਾ ਹੈ। ਬਿਲਕੁਲ ਜੀ। ਤਾਂ ਫਿਰ ਕਿਸਾਨਾਂ ਦਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ? ਪ੍ਰਗਟ ਸਿੰਘ ਨੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਈਡੀ ਦੇ ਅਧਿਕਾਰੀ ਭਾਸ਼ਪਾ ਵੱਲੋਂ ਲੁਕਵੀ ਚੋਣ ਲੜ ਰਹੇ ਨੇ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਮਮਤਾ ਬੈਨਰਜੀ ਦਾ ਉਹ ਫੜਿਆ ਗਿਆ ਇੱਥੇ ਜੇ 300 ਕਿੱਲੇ ਵਾਲੇ ਦਾ ਵੀ ਤੁਸੀਂ ਬਾਪ ਕਰਨਾ ਹੈ 100 ਕਿੱਲੇ ਵਾਲੇ ਦਾ ਵੀ ਬਾਪ ਕਰਨਾ ਹੈ ਤਾਂ ਉਹਦੀ ਥਾਂ ਦੇ ਉੱਤੇ ਜੇ ਕਰਜ਼ਾ 5 ਕਿੱਲਿਆਂ ਵਾਲੇ ਦਾ ਬਾਪ ਹੋ ਜੇ ਤਾਂ ਮੈਂ ਸਮਝਦਾ ਕਿ ਇਸ ਅੰਕੜੇ ਦੇ ਵਿੱਚ ਛੋਟਾ ਕਿਸਾਨ ਸਾਰਾ ਹੀ ਆ ਜਾਏਗਾ। ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਕੁਝ ਵੱਖਰਾ ਕਰਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਉਹ ਵੀਡੀਓ ਨੇ ਤੇ ਫੋਟੋਆਂ ਨੇ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੁੰਦੀਆਂ ਨੇ ਤੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕ੍ਰਿਕਟ ਖੇਡੀ ਗਈ ਤੇ ਬਜ਼ੁਰਗਾਂ ਦੇ ਨਾਲ ਤਾਸ਼ ਵੀ ਖੇਡਿਆ ਗਿਆ ਤੇ ਉੱਥੇ ਵਿਰੋਧ ਵੀ ਹੋਇਆ। ਕਿਸੇ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਕੜਮਾ ਚੌਧਰੀ ਬਣ ਕੇ ਕੰਮ ਕਰਾਂਗੇ ਉੱਥੇ ਟਕਰਾਰ ਹੋਣਗੇ। ਉਹ ਟਕਰਾਰ ਚੱਗੇ। ਸਤਿ ਸ਼੍ਰੀ ਅਕਾਲ ਮੈਰੀ ਨਤੀਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਜਿਹੜੇ ਵਿਸ਼ੇ ਨੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ 396 ਕਰੋੜ ਦੀਆਂ ਅਵਸਥਾਾਂ ਬਰਮਦ ਹੋਈਆਂ ਨੇ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਦੇ ਵਿੱਚ ਰੈਲੀ ਕਰਨਗੇ ਇਸ ਤੇ ਚਰਚਾ ਕਰਨਗੇ ਤੇ ਨਾਲ ਹੀ ਗੱਲਬਾਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੋਗੀ ਭਦੌੜ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਟੂਰਨਾਮੈਂਟ ਖੇੜਿਆ ਤੇ ਬਜ਼ੁਰਗਾਂ ਦੇ ਨਾਲ ਤਾਂਸ਼ ਖੇਡੀ ਉੱਥੇ ਹੀ ਉਹਨਾਂ ਨੂੰ ਵਿਰੋਧਾ ਸਾਹਮਣਾ ਵੀ ਕਰਨਾ ਪਿਆ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਵੀ ਕਾਫੀ ਸਖਤੀ ਵਰਤੀ ਨਜ਼ਰ ਆ ਰਹੀ ਹੈ ਤੇ ਹੁਣ ਤੱਕ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ 396 ਕਰੋੜ ਦੀ ਰੀਣਾ ਇਹ ਹਰ ਰੋਜ਼ ਗਿਣਤੀ ਵੱਧਦੀ ਜਾ ਰਹੀ ਹੈ। ਬਿਲਕੁਲ ਜੀ। ਜਿੱਦੇ ਤੋਂ ਆਪਾਂ ਤਿੰਨ ਦਿਨ ਪਹਿਲਾਂ ਗੱਲ ਕੀਤੀ ਸੀ 326 ਕਰੋੜ ਦੀ। ਹੂੰ। 70 ਕਰੋੜ ਇਹਦਾ ਮਤਲਬ ਹੈ ਤਿੰਨ ਕਿ ਦਿਨਾਂ ਚ ਹੋਰ ਆ ਗਿਆ। ਹੂੰ। ਇਹਦੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਵਾਰ ਜਿਹੜਾ ਚੋਣ ਕਮਿਸ਼ਨ ਹੈ ਉਹ ਕਾਫੀ ਡਾਡੀ ਨਜ਼ਰ ਰੱਖ ਰਿਹਾ ਹੈ। ਜੀ। ਪਰ ਸਾਡੇ ਜਿਹੜੇ ਸਿਆਸਤਦਾਨ ਹੈ ਉਹ ਚੋਰ ਮੂਰੀਆਂ ਫਿਰ ਵੀ ਜਾਣਦੇ ਨੇ। ਹੂੰ। ਕੱਲ ਬਰਨਾਲੇ ਦੇ ਵਿੱਚ ਇੱਕ ਵੱਡਾ ਟਰੱਕ ਸ਼ਰਾਬ ਦਾ ਫੜਿਆ ਗਿਆ ਹੋਰ ਥਾਮਾਂ ਤੇ ਵੀ ਫੜੇ ਗਏ ਨੇ ਜੀ ਜਿਹੜਾ ਬਰਨਾਲੇ ਦੇ ਵਿੱਚ ਜਾ ਕੇ ਟਰੱਕ ਫੜਿਆ ਉਹਦੇ ਤੋਂ ਇਉਂ ਲੱਗਦਾ ਹੈ ਕਿ ਉਹ 100 ਸਵਾ 100 ਕਿਲੋਮੀਟਰ ਗਾਹਾਂ ਟੱਪ ਗਿਆ ਹੂੰ ਬਾਰਡਰਾਂ ਤੋਂ ਜਿਹੜੇ ਪਾਸੇ ਵੀ ਮਰਜੀ ਆਇਆ ਹੋਵੇ ਭਾਵੇਂ ਖਨੌਰੀ ਤੋਂ ਆਇਆ ਹੋਵੇ ਮੂਨਕ ਤੋਂ ਆਇਆ ਹੋਵੇ ਜਾਂ ਪਹੇਵੇ ਤੋਂ ਆਇਆ ਹੋਵੇ ਜਾਂ ਅੰਬਾਲੇ ਤੋਂ ਆਇਆ ਹੋਵੇ ਤਾਂ ਉੱਥੋਂ ਤੱਕ ਜਾਣ ਲੱਗਾ ਤਾਂ 150 ਕਿਲੋਮੀਟਰ ਬਣ ਜਾਂਦਾ ਜੀ ਇਹਦਾ ਮਤਲਬ ਰਸਤੇ 'ਚ ਕਿਤੇ ਨਾ ਕਿਤੇ ਚੌਕਸੀ ਦੀ ਘਾਟ ਆ ਜਾਂ ਬਾਰਡਰਾਂ ਦੇ ਉੱਤੇ ਵੀ ਚੌਕਸੀ ਦੀ ਘਾਟ ਆ ਜਾਂ ਰਾਤ ਬਰਾਤੇ ਝਕੋਨੀ ਦੇ ਕੇ ਲੰਘ ਜਾਂਦੇ ਨੇ ਸੋ ਇਹ ਸਥਿਤੀ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਹੈ ਉਹ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ ਇਹਦਾ ਸਿੱਟਾ ਹੈ ਕਿ 396 4 ਕਰੋੜ ਘਟ 400 ਕਰੋੜ ਜੀ ਦੀਆਂ ਵਸਤਾਂ ਜਿਹੜੀਆਂ ਨੇ ਚੋਣ ਕਮਿਸ਼ਨ ਨੇ ਵੱਖ-ਵੱਖ ਰੂਪ ਦੇ ਵਿੱਚ ਜਬਤ ਕਰ ਲਈਆਂ ਨੇ ਹੂੰ ਕਈ ਥਾਵਾਂ ਦੇ ਉੱਤੇ ਟਰੈਕਸੂਟ ਕਹਿੰਦੇ ਜਿਹੜੇ ਚੋਣਾ 'ਚ ਵੰਡੇ ਜਾਣੇ ਸੀ ਅੰਮ੍ਰਿਤਸਰ ਦੇ ਇੱਕ ਥਾਂ ਦੇ ਉੱਤੇ ਟਰਾਈਸਾਈਕਲ ਹੂੰ ਜਿਹੜੇ ਉਹ ਹੈਂਡੀਕੈਪਡ ਅੰਗਹੀਨਾਂ ਨੂੰ ਦਿੱਤੇ ਜਾਂਦੇ ਨੇ ਜੀ ਹੱਥ ਨਾਲ ਚਲਾਉਣ ਵਾਲਾ ਹੂੰ ਕਈ ਥਾਵਾਂ ਦੇ ਉੱਤੇ ਹੋਰ ਵਸਤਾਂ ਕਈ ਥਾਵਾਂ ਦੇ ਉੱਤੇ ਕਈ ਖਾਣ-ਪੀਣ ਦੀਆਂ ਵਸਤਾਂ ਕਈ ਥਾਵਾਂ ਤੇ ਸ਼ਰਾਬ ਕਈ ਥਾਵਾਂ ਤੇ ਕੋਈ ਹੋਰ ਚੀਜ਼ਾਂ ਇਹ ਸਾਰੀਆਂ ਜਿਹੜੀਆਂ ਨੇ ਉਹ ਲਗਾਤਾਰ ਬਰਾਮਦ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਇਹ ਖੁਲਾਸਾ ਅੱਜ ਕੀਤਾ ਕਿ 396 ਕਰੋੜ ਰੁਪਏ ਤੋਂ ਵੱਧ ਜੀ ਦੀਆਂ ਵਸਤਾਂ ਪੰਜਾਬ ਦੇ ਜਿਹੜੇ ਦਸਤੇ ਨੇ ਭਾਵੇਂ ਸੁਰੱਖਿਆ ਦੇ ਹੋਣ ਆਪਕਾਰੀ ਵਿਭਾਗ ਦੇ ਹੋਣ ਇਹਨਾਂ ਸਾਰਿਆਂ ਨੇ ਉਹ ਬਰਾਮਦ ਕੀਤੀਆਂ ਨੇ ਦੇਖੋ ਇਹ ਕਾਫੀ ਚੰਗਾ ਅਸੀਂ ਨੁਕਤਾਚੀਨੀ ਵੀ ਬਹੁਤ ਕਰਦੇ ਰਹਿੰਨੇ ਆ ਇਹਨਾਂ ਲੋਕਾਂ ਦੀ ਪਰ ਇਹਦੇ باوجود ਜਿਹੜਾ ਉਹਨਾਂ ਦਾ ਨਤੀਜਾ ਇਹ ਕਾਫੀ ਚੰਗਾ ਰਿਹਾ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਬਰਾਮਦ ਕੀਤੀ ਜਾ ਰਹੀ ਹੈ ਤਾਂ ਜੋ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਲੋਭ ਲਾਲਚ ਦਿੱਤਾ ਨਾ ਜਾ ਸਕੇ ਔਰ ਲੋਕ ਨਿਰਪੱਖਤਾ ਦੇ ਨਾਲ ਆਪਣੀਆਂ ਵੋਟਾਂ ਪਾ ਸਕਣ ਜੀ ਪੀਲੋਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਦੇ ਵਿੱਚ ਆ ਰਹੇ ਨੇ ਤੇ ਜਲੰਧਰ ਦੇ ਵਿੱਚ ਉਹਨਾਂ ਦੇ ਵੱਲੋਂ ਰੈਲੀ ਕੀਤੀ ਜਾਵੇਗੀ। ਦੇਖੋ ਉਹਨਾਂ ਨੇ ਏਰੀਆ ਉਹ ਚੁਣਿਆ ਜਿੱਥੇ ਬਹੁ ਗਿਣਤੀ ਭਾਰਤੀ ਜਨਤਾ ਪਾਰਟੀ ਜਿੱਤਦੀ ਰਹੀ ਹੈ। ਹਮ ਮਾਲਵੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਬਹੁਤਾ ਆਧਾਰ ਨਹੀਂ ਹੈਗਾ ਉਹਨਾਂ ਦਾ ਜ਼ਿਆਦਾ ਆਧਾਰ ਮਾਝੇ ਤੇ ਦੁਆਬੇ ਦੇ ਵਿੱਚ ਹੈ। ਹਮ ਮਾਝੇ ਦੀਆਂ 25 ਸੀਟਾਂ ਨੇ ਦੁਆਬੇ ਦੀਆਂ 23 ਨੇ। ਕੁੱਲ 48 ਸੀਟਾਂ ਨੇ। ਇਸ ਕਰਕੇ ਉਹਨਾਂ ਨੇ ਜਲੰਧਰ ਖੇਤਰ ਚੁਣਿਆ ਪਹਿਲਾ ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਦਾ ਫਿਰੋਜ਼ਪੁਰ ਇਹਨਾਂ ਨੇ ਕਿਹੜੇ ਰੂਪ ਦੇ ਵਿੱਚ ਰੱਖ ਦਿੱਤਾ ਸੀ ਹੂੰ ਸੋ ਪ੍ਰਧਾਨ ਮੰਤਰੀ ਸਾਹਿਬ ਨੇ 8 ਤੇ 9 ਤਰੀਕ ਨੂੰ ਦੋ ਵਰਚੂਅਲ ਰੈਲੀਆਂ ਦਾ ਐਲਾਨ ਕੀਤਾ ਸੀ ਕੱਲ ਉਹਨਾਂ ਨੇ ਇੱਕ ਰੈਲੀ ਕੀਤੀ ਵੀ ਹੈ ਹੂੰ ਜਿਦੇ ਵਿੱਚ ਉਹਨਾਂ ਨੇ ਕਾਂਗਰਸ ਤੇ ਬੜੀਆਂ ਟਕੋਰਾ ਮਾਰੀਆਂ ਕਿ ਕਾਂਗਰਸ ਨੇ ਜੇ ਨਾ ਹੁੰਦੀ ਤਾਂ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਹੂੰ ਪਰ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਭੁੱਲ ਗਏ ਜਦੋਂ ਗੋਦਰਾ ਕਾਂਡ ਵਾਪਰਿਆ ਸੀ ਉੱਥੇ ਕਤਲੇਆਮ ਹੋਇਆ ਉਹ ਕਿਹਨੇ ਕਰਾਇਆ ਸੀ ਹੂੰ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਦੇ ਵਿੱਚ ਕਤਲੇਆਮ ਕਿਹਨੇ ਕਰਾਇਆ ਸੀ ਉੱਥੇ ਹਾਲਾਤ ਕਿਉਂ ਹੋਏ ਹੂੰ ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖ ਰਹਿੰਦੇ ਨੇ ਔਰ ਦੰਗੇ ਨਹੀਂ 84 ਦੇ ਕਹਿ ਜਾ ਸਕਦੇ ਕਤਲੇਆਮ ਕਿਹਾ ਜਾ ਸਕਦਾ ਦੰਗੇ ਹੁੰਦੇ ਨੇ ਜਿੱਥੇ ਦੋ ਫਿਰਕੇ ਲੜਦੇ ਹੋਣ ਜਿੱਤੇ ਨਹਾਥਿਆਂ ਨੂੰ ਕਤਲ ਕੀਤਾ ਗਿਆ ਹੋਵੇ ਉਹ ਕਤਲੇਆਮ ਹੁੰਦਾ ਹੈ 37-38 ਸਾਲ ਬਾਕਰ ਗਏ ਨੇ ਇਹ ਰਾਸੀ ਆਗੂ ਅਜੇ ਵੀ ਉਹਨਾਂ ਦੇ ਜ਼ਖਮਾਂ ਨੂੰ ਉਚੇੜਦੇ ਰਹਿੰਦੇ ਨੇ ਉਹ ਔਰਤਾਂ ਜਿਹੜੀਆਂ ਉਦੋਂ ਭਰ ਜਵਾਨੀ ਦੇ ਵਿੱਚ ਸੀ 38 ਸਾਲ ਬੀਤਣ ਤੋਂ ਬਾਅਦ ਜੇ ਉਦੋਂ ਉਹਨਾਂ ਦੀ ਉਮਰ 25 ਤੋਂ 28 ਸਾਲ ਵੀ ਹੋਵੇ ਤਾਂ ਅੱਜ ਉਹ ਦਰਮਿਆਨੀ ਤੋਂ ਵੱਡੀ ਉਮਰ ਦੀਆਂ ਔਰਤਾਂ ਬਣ ਗਈਆਂ 60 ਸਾਲ ਪਾਰ ਕਰ ਗਈਆਂ ਹੂੰ ਆਮ ਤੌਰ ਤੇ ਇੱਕ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਇਹ ਕਿ ਹੈ ਕਿ ਕਾਂਗਰਸ ਨਾ ਹੁੰਦੀ ਤਾਂ ਸਿੱਖ ਕਤਲੇਆਮ ਨਾ ਹੁੰਦਾ ਹੂੰ ਬਿਲਕੁਲ ਪਰ ਜਿਹੜੀ ਗੱਲ ਆਪਦੇ ਵੱਲ ਹੁੰਦੀ ਆ ਉਹਦਾ ਜਵਾਬ ਤਾਂ ਕਿਤੇ ਨਹੀਂ ਦਿੱਤਾ ਯੂਪੀ ਦੇ ਵਿੱਚ ਜਿਹੜਾ ਇਹ ਗੋਦਰਾ ਕਾਂਡ ਗੁਜਰਾਤ ਵਾਲਾ ਉਸ ਵੇਲੇ ਦੀ ਮੈਂ ਗੱਲ ਯਾਦ ਕਰਾ ਦਿਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਗੁਜਰਾਤ ਦੇ ਵਿੱਚ ਇਹ ਮੁੱਖ ਮੰਤਰੀ ਹੁੰਦੇ ਸੀ ਤੇ ਸ਼੍ਰੀ ਅਟਲਬਹਿਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਬਾਜਪਾਈ ਸਾਹਿਬ ਜਦੋਂ ਉੱਥੇ ਗੁਜਰਾਤ ਦੇ ਵਿੱਚ ਗਏ ਭਰੀ ਸਭਾ ਦੇ ਵਿੱਚ ਬਾਜਪਾਈ ਸਾਹਿਬ ਨੂੰ ਜਦੋਂ ਕਿ ਉੱਥੋਂ ਦਾ ਉਸ ਵੇਲੇ ਦਾ ਤੇ ਅੱਜ ਦਾ ਪ੍ਰਧਾਨ ਮੰਤਰੀ ਉਸ ਵੇਲੇ ਦਾ ਮੁੱਖ ਮੰਤਰੀ ਨਰਿੰਦਰ મોદી ਪਿੱਛੇ ਖੜਾ ਸੀ ਤਾਂ ਬਾਜਪਾਈ ਸਾਹਿਬ ਨੇ ਆਖਿਆ ਕਿ ਪ੍ਰਮੁੱਖ ਮੰਤਰੀ ਨੇ ਰਾਜ ਧਰਮ ਨਹੀਂ ਨਿਭਾਇਆ ਹੂੰ ਰਾਜ ਧਰਮ ਨਿਭਾਉਣਾ ਚਾਹੀਦਾ ਸੀ ਜਿਹੜਾ ਦਬਾਇਆ ਨਹੀਂ ਗਿਆ ਜੀ ਇਸ ਕਰਕੇ ਉਹਨਾਂ ਨੇ ਪ੍ਰ ਮੁੱਖ ਮੰਤਰੀ ਨੂੰ ਝਾੜ ਪਾਈ ਸੀ ਭਾਵ ਬਾਜਪਾਈ ਸਾਹਿਬ ਅਜੇ ਆਗੂ ਸੀ ਜਿਹੜੇ ਸਾਰਿਆਂ 'ਚ ਪ੍ਰਵਾਨਤ ਸੀ ਤੇ ਉਹਨੂੰ ਸੈਕੂਲਰ ਵੀ ਸੀਗੇ ਹੂੰ ਕੁਝ ਤਾਂ ਪਾਰਟੀ ਦੀ ਈਡਿਓਲੋਜੀ ਬੰਦੇ ਨੂੰ ਅਡਾਪਟ ਕਰਨੀ ਹੀ ਪੈਂਦੀ ਆ ਪਰ ਫੇਰ ਵੀ ਬਾਜਪਾਈ ਸਾਹਿਬ ਬਾਰੇ ਇੱਕ ਲਖਾਰੀ ਵੀ ਸੀ ਕਾਫੀ ਕਪਤਾਵਾਵਾਂ ਵਗੈਰਾ ਉਹ ਲਿਖਦੇ ਰਹਿੰਦੇ ਸੀ ਹੂੰ ਉਹਨਾਂ ਦਾ ਕਹਿਣਾ ਪ੍ਰਧਾਨ ਮੰਤਰੀ ਦੇ ਤੌਰ ਤੇ ਇੱਕ ਮੁੱਖ ਮੰਤਰੀ ਦੇ ਰਾਜ ਧਰਮ ਨਹੀਂ ਨਿਵਾਇਆ ਇਹ ਰਾਸੀ ਲੋਕ ਆਪਣੀਆਂ ਭੁੱਲ ਜਾਂਦੇ ਨੇ ਉਹਨਾਂ ਨੇ ਉਹ ਕਾਂਗਰਸ ਦੇ ਟਕੌਰ ਮਾਰਨੀ ਸੀ ਹੂੰ ਕਿਉਂਕਿ ਪੰਜਾਬ ਦੇ ਵਿੱਚ ਮੁਕਾਬਲਾ ਕਾਂਗਰਸ ਨਾਲ ਹੀ ਹੋ ਰਿਹਾ ਹੈਗਾ ਬਿਲਕੁਲ ਜੀ ਇਸ ਕਰਕੇ ਉਹਨਾਂ ਨੇ ਕੱਲੇ ਗੱਲ ਕੀਤੀ ਉਹ ਅੱਜ ਵੀ ਉਹਨਾਂ ਨੇ ਵਰਚੁਅਲ ਰੈਲੀ ਨੂੰ ਸਬੋਧਨ ਕਰਦਾ ਸੀ ਹਮ ਲੇਕਿਨ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਾਂ ਦੇ ਸਾਹਮਣੇ ਹੋ ਕੇ ਆਖਿਆ ਕਿ ਵਰਚੁਅਲ ਰੈਲੀ ਨਹੀਂ ਹੁਣ ਜਦੋਂ ਚੋਣ ਕਮਿਸ਼ਨ ਨੇ ਢਿੱਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੇਰਾ ਕਹਿਲਾ ਕੱਲ ਪਰਸੋ ਇਹਨਾਂ ਨੇ ਐਲਾਨ ਕਰ ਦੇਣਾ ਕਿ ਜਿੱਡੀ ਮਰਜ਼ੀ ਕਰੋ ਹਮ ਕੱਲ ਬਹੁਜਨ ਸਵਾਜ党ੀ ਤੇ ਅਕਾਲੀ ਵੱਡੀ ਰੈਲੀ ਉੱਥੇ ਕਰਗੇ ਨੇ ਹਮ ਕਿ ਚੋਣ ਕਮਿਸ਼ਨ ਨੂੰ ਉਹ ਨਜ਼ਰ ਨਹੀਂ ਆਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜੀ ਉਹ ਤੀਜੇ ਹਿੱਸੇ 'ਚ ਕੀਤੀ ਗਈ ਸੀ ਉਸ ਸਟੇਡੀਅਮ ਦੇ ਜਾਂ ਉਸ ਸ਼ੈੱਡ ਦੇ ਉਸ ਬਾਜ਼ਾਰ ਦੇ ਮੁਤਾਬਕ ਹੂੰ ਪਤਾ ਨਹੀਂ ਇਹਦਾ ਜਵਾਬ ਡਾਕਟਰ ਐਸਕਰਨਾਰਾ ਰਾਜੂ ਨੂੰ ਦੇਣਾ ਪਵੇਗਾ ਜੀ ਤਾਂ ਬਾ ਜਿਹੜੇ ਮੋਦੀ ਸਾਹਿਬ ਨੇ ਹੂੰ ਮੋਦੀ ਸਾਹਿਬ ਕਹਿੰਦੇ ਵੀ ਮੈਂ 14 ਫਰਵਰੀ ਨੂੰ ਖੁਦ ਆਵਾਂਗਾ ਹੂੰ ਉਸ ਦਿਨ ਉਹਨਾਂ ਨੇ ਪੰਜਾਬ ਦੇ ਨਾਲ ਪ੍ਰੇਮ ਜਤਾਇਆ ਹੈ ਹਮ ਕਿਉਂਕਿ 14 ਫਰਵਰੀ ਪ੍ਰੇਮੀਆਂ ਦਾ ਦਿਨ ਹੈ ਦੋਸਤਾਂ ਦਾ ਦਿਨ ਹੈ ਮਿੱਤਰਾਂ ਦਾ ਦਿਨ ਹੈ ਉਸ ਦਿਨ ਸਾਰੇ ਆਪਣੇ ਦੋਸਤਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਨੇ ਤੇ ਫੁੱਲ ਵੀ ਭੇਟ ਕਰਦੇ ਨੇ ਪਤਾ ਨਹੀਂ ਉਹਨਾਂ ਬਾਜਪਾਈ ਸਾਹਿਬ ਨੂੰ ਕਿਨੇ ਭੇਟ ਕਰਨਾ ਇੱਥੇ ਸੌਰੀ ਮੋਦੀ ਸਾਹਿਬ ਨੂੰ ਕਿਹਨੇ ਭੇਟ ਕਰਨਾ ਪੰਜਾਬ ਦੇ ਵਿੱਚ ਆ ਕੇ ਜਾਂ ਮੋਦੀ ਸਾਹਿਬ ਕਿਹਨੂੰ ਕਰਨਗੇ ਉਹਨਾਂ ਨੇ 14 ਫਰਵਰੀ ਦਾ ਦਿਨ ਚੁਣਿਆ ਕਿਉਂਕਿ 18 ਫਰਵਰੀ ਨੂੰ ਚੋਣ ਜਾਬਤੇ ਦੇ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ ਹੋਵੇਗਾ 18 ਫਰਵਰੀ ਨੂੰ 5 ਵਜੇ ਤੋਂ ਬਾਅਦ ਕੋਈ ਰੈਲੀ ਵਗੈਰਾ ਨਹੀਂ ਹੋ ਸਕੇਗੀ ਸਿਰਫ ਤੁਸੀਂ ਘਰ ਘਰ ਜਾ ਕੇ ਬਿਨਾ ਰੌਲੇ ਗੋਲੇ ਦੇ ਪ੍ਰਚਾਰ ਕਰ ਸਕਦੇ ਹੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਮੋਦੀ ਸਾਹਿਬ ਕਹਿੰਦੇ ਵੀ ਮੇਰਾ ਜੀ ਕਰਦਾ ਮੈਂ ਉੱਥੇ ਜਾ ਕੇ ਲੋਕਾਂ ਨੂੰ ਸੰਬੋਧਨ ਹੋਵਾਂ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਕੁਝ ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਇਹਨਾਂ ਨੂੰ ਬੰਦੀ ਸਿੱਖਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਦਿਨ ਮੋਦੀ ਸਾਹਿਬ ਕੋਈ ਨਾ ਕੋਈ ਐਲਾਨ ਜ਼ਰੂਰ ਪੰਜਾਬ ਦੇ ਲੋਕਾਂ ਲਈ ਕਰਨਗੇ ਇਹ ਉਹਨਾਂ ਦੀ ਆਸ ਹੈ ਕਿਤੇ ਇਹ ਨਾ ਹੋਵੇ ਕੇ ਬਾਅਦ ਦੇ ਵਿੱਚ ਆਸ ਟੁੱਟ ਜਾਵੇ ਤੇ ਫਿਰ ਗੁਰਦਾਸ ਮਾਨ ਦਾ ਗੀਤ ਯਾਦ ਆਵੇ ਲਈ ਬੇਕਦਰਾਂ ਨਾਲ ਜਾਰੀ ਟੁੱਟ ਗਈ ਤੜਕ ਕਰਕੇ ਉਮੀਦ ਕਰਨ ਰੱਖਣੀ ਚਾਹੀਦੀ ਹੈ ਕਿ ਉਸ ਦਿਨ ਮੋਦੀ ਸਾਹਿਬ ਪੰਜਾਬ ਦੀ ਉਮੀਦ ਨੂੰ ਟੁੱਟ ਗਈ ਤੜਕ ਕਰਕੇ ਨਹੀਂ ਕਰਨਗੇ ਉਹ ਕੋਈ ਨਾ ਕੋਈ ਜ਼ਰੂਰ ਪੰਜਾਬ ਵਾਸਤੇ ਐਲਾਨ ਕਰਕੇ ਜਾਣਗੇ ਜੀ ਜੀ ਢਿੱਲੋ ਜੀ ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਚੋਣ ਮਨੋਰਥ ਪੱਤਰ ਦੀ ਤਾਂ ਉਹਨਾਂ ਦੇ ਵਿੱਚ ਇੱਕ ਐਲਾਨ ਆ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਕਿ 5 ਏਕੜ ਵਾਲੇ ਕਿਸਾਨਾਂ ਦਾ ਜਿਹੜਾ ਪੂਰਾ ਕਰਜ਼ਾ ਉਹ ਮੁਆਫ ਕੀਤਾ ਜਾਵੇਗਾ ਇੱਕ ਤਾਂ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ ਕਿ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਜੇ ਅਸੀਂ ਆਉਨੇ ਹ ਹ ਮੇਰਾ ਖਿਆਲ ਜੇ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ ਕੇਂਦਰ ਸਰਕਾਰ ਕਰ ਦੇਵੇ ਹ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋਵੇਗੀ ਹ ਜਦੋਂ ਕਿਸਾਨਾਂ ਨਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਲੈਨੇ ਆ ਕਿਸਾਨਾਂ ਦੀਆਂ ਮੰਗਾਂ ਦੇ ਮੰਗ ਪੱਤਰ ਦੇ ਵਿੱਚ ਇਹ ਚੀਜ਼ਾਂ ਵੀ ਸੀ ਕਿ ਸਾਡਾ ਕਰਜ਼ਾ ਮਾਫ ਹੋਵੇ ਹੂੰ ਜੇ ਪੂੰਜੀ ਪੱਤੀਆਂ ਦਾ ਵੱਡਾ ਕਰਜ਼ਾ ਅਰਬਾਂ ਦੇ ਵਿੱਚ ਮਾਫ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਤਾਂ ਫਿਰ ਕਿਸਾਨਾਂ ਦਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਪਰ ਇਹਦੀ ਗਰੰਟੀ ਕੌਣ ਲਵੇਗਾ ਹੂੰ ਕਿ ਇਹ ਕਰਜ਼ਾ ਜੇ ਉਹਨਾਂ ਨੇ ਮਾਫ ਕਰਤਾ ਉਦੋਂ ਬਾਅਦ ਉਹਦੇ ਕਰਜ਼ਾ ਚੜ੍ਹੇਗਾ ਨਹੀਂ ਹੂੰ ਇਹਦਾ ਡਿਫਰੈਂਸ਼ੀਏਟ ਕੌਣ ਕਰੇਗਾ ਕਿ ਕਰਜ਼ਾ ਜਿਹੜਾ ਲਿਆ ਗਿਆ ਉਹ ਕਲਾ ਖੇਤੀ ਕਰਕੇ ਆ ਜਾਂ ਕਿਸੇ ਹੋਰ ਕਾਰਨ ਕਰਕੇ ਵੀ ਆ ਹੂੰ ਸੋ ਮੈਂ ਸਮਝਦਾ ਸਾਡੇ ਕਿਸਾਨ ਵੀਰਾਂ ਨੂੰ ਕਿ ਲੋਕਾਂ ਦੀਆਂ ਗੱਲਾਂ ਦੇ ਵਿੱਚ ਰਾਸੀ ਲੋਕਾਂ ਦੀਆਂ ਦੇ ਵਿੱਚ ਨਾ ਆ ਕੇ ਆਪ ਦੀ ਚਾਦਰ ਜਿੰਨੀ ਪੈਰ ਫਸਾਰੋ ਸੁਖੀ ਰਹੋਗੇ ਜੀ ਤੇ ਲੋ ਜੀ ਪ੍ਰਗਟ ਸਿੰਘ ਨੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਈਡੀ ਦੇ ਅਧਿਕਾਰੀ ਭਾਸ਼ਪਾ ਵੱਲੋਂ ਲੁਕਮੀ ਚੋਣ ਲੜ ਰਹੇ ਨੇ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਮਮਤਾ ਬੈਨਰਜੀ ਦਾ ਉਹ ਫੜਿਆ ਗਿਆ ਜੀ ਇੱਕ ਉੱਡਦੀ ਖਬਰ ਕੇਜਰੀਵਾਲ ਸਾਹਿਬ ਦੇ ਭਤੀਜੇ ਦੀ ਵੀ ਅੱਜ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਅਜੇ ਪੁਸ਼ਟੀ ਨਹੀਂ ਕਿਸੇ ਨੇ ਕੀਤੀ ਕਿ ਉਹਨਾਂ ਦਾ ਭਤੀਜਾ ਵੀ ਐਂਟੀ ਕ腐ਪਸ਼ਨ ਬਿਊਰੋ ਨੇ ਹਰਾਸਤ ਚ ਲੈ ਲਿਆ ਹਮ ਹੁਣ ਕਿਤੇ ਕੇਜਰੀਵਾਲ ਸਾਹਿਬ ਇਹ ਚੀਜ਼ ਨੂੰ ਜਿਵੇਂ ਦੂਜਿਆਂ ਤੇ ਨਿਸ਼ਾਨ ਲਾਉਂਦੇ ਸੀਗੇ ਕਿਤੇ ਉਹ ਤਾਂ ਨਹੀਂ ਕਹਿਣਗੇ ਕਿ ਮੋਦੀ ਸਾਹਿਬ ਸਾਡੇ ਤੇ ਵੀ ਉਹ ਤੂਤਾ ਫੜ ਲੇ ਹੂੰ ਇਹ ਚੱਲ ਰਹੀ ਆ ਅਜੇ ਤੱਕ ਰੇ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਕਿ ਉਹ ਪੀਡਬਲਯੂਡੀ ਨਾਲ ਸੰਬੰਧਤ ਹੈਗਾ ਪੰਜਾਬ ਬਰਕਸ ਡਿਵੀਜ਼ਨ ਦੇ ਨਾਲ ਪਬਲਿਕ ਵਰਕਸ ਡਿਵੀਜ਼ਨ ਦੇ ਨਾਲ ਕੋਈ ਪ੍ਰੋਗਰਾਮ ਹੈਗਾ ਇਹਦਾ ਦੇਖਣਾ ਪਵੇਗਾ ਪੁਸ਼ਟੀ ਨਹੀਂ ਹੋਈ ਸੋਸ਼ਲ ਮੀਡੀਆ ਤੇ ਇਹ ਚੱਲ ਰਹੀ ਹੈ ਹੂੰ ਉਹਦਾ ਸਚਾਈ ਕਿੰਨੀ ਕ ਹੈ ਜਾਤਾ ਉਹਦਾ ਕੇਜਰੀਵਾਲ ਸਾਹਿਬ ਨੂੰ ਸਪਸ਼ਟ ਕਰਨ ਦੇਣਾ ਪਵੇਗਾ ਤਾਂ ਜਿਹੜੀ ਐਂਟੀ ਕਰਪਸ਼ਨ ਬਿਊਰੋ ਹੈ ਜਿਹੜੀ ਹੂੰ ਉਹਨੂੰ ਉਹਦੇ ਅਧਿਕਾਰੀ ਉਹਦੇ ਬਾਰੇ ਸਪਸ਼ਟੀਕਰਨ ਕਰਨਗੇ ਰਹੀ ਗੱਲ ਕਿ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਮੋਦੀ ਸਾਹਿਬ ਨੇ ਕੀ ਕਿਹਾ ਉਸ ਮਾਮਲੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦੇਖਣਾ ਪਵੇਗਾ ਜਿਹੜਾ ਉਹਨਾਂ ਨੇ ਕਿਹਾ ਕਿ 5 ਏਕੜ ਤੱਕ ਅਸੀਂ ਕਰਜ਼ਾ ਮਾਫ਼ ਕਰਾਂਗੇ ਮੇਰਾ ਖਿਆਲ ਹੈ ਜੇ ਇਹ ਲਾਗੂ ਹੋ ਜਾਂਦਾ ਹੈ ਜਿਵੇਂ 1996 ਦੇ ਵਿੱਚ ਬਾਦਲ ਸਾਹਿਬ ਨੇ ਅਜੇ ਸਰਕਾਰ ਨਹੀਂ ਸੀ ਆਈ ਇਹ ਕਹਤਾ ਸੀ ਕਿ ਅਸੀਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਾਂਗੇ ਹੂੰ ਉਸ ਵੇਲੇ ਕੁਝ ਸਮੇਂ ਲਈ ਬੀਬੀ ਰਜਿੰਦਰ ਕੌਰ ਪੱਠਲ ਨੂੰ ਮੌਕਾ ਮਿਲਿਆ ਸੀ ਸਰਕਾਰ ਚਲਾਉਣ ਦਾ ਥੋੜਾ ਜਿਵੇਂ ਚੰਨੀ ਸਾਹਮਣੂ ਮਿਲਿਆ ਬਸ ਇੰਨੇ ਕੁ ਦਿਨ ਹੂੰ ਇਦੋਂ ਵੀ ਸ਼ਾਇਦ ਘੱਟ ਸੀ 82 83 ਦਿਨੀ ਸੀ ਹੂੰ ਤਾਂ ਬੀਬੀ ਪੱਠਲ ਜਾਂਦੇ ਜਾਂਦੇ 7 ਕਿੱਲਿਆਂ ਦਾ ਬਿਜਲੀ ਦਾ ਬਿੱਲ ਮਾਫ ਕਰ ਗਏ ਸੀ ਹੂੰ ਉਹ ਬਹੁਤ ਵਧੀਆ ਗੱਲ ਸੀ ਹੂੰ ਇੱਥੇ ਜੇ 300 ਕਿੱਲੇ ਵਾਲੇ ਦਾ ਵੀ ਤੁਸੀਂ ਬਾਫ ਕਰਨਾ ਹੈ 100 ਕਿੱਲੇ ਵਾਲੇ ਦਾ ਹੀ ਮਾਫ ਕਰਨਾ ਹੈ ਤਾਂ ਉਹਦੀ ਥਾਂ ਦੇ ਉੱਤੇ ਜੇ ਕਰਜ਼ਾ 5 ਕਿੱਲਿਆਂ ਵਾਲੇ ਦਾ ਮਾਫ਼ ਹੋ ਜੇ ਤਾਂ ਮੈਂ ਸਮਝਦਾ ਕਿ ਇਸ ਅੰਕੜੇ ਦੇ ਵਿੱਚ ਛੋਟਾ ਕਿਸਾਨ ਸਾਰਾ ਹੀ ਆ ਜਾਏਗਾ ਹੂੰ ਜਿਹੜਾ ਦਰਮਿਆਨਾ ਤੇ ਵੱਡਾ ਕਿਸਾਨ ਹੈ ਉਹ ਫੇਰ ਵੀ ਕੁਛ ਨਾ ਕੁਛ ਕਰ ਸਕਦਾ ਹੈ ਰਹਿਤ ਉਹਨੂੰ ਵੀ ਮਿਲਣੀ ਚਾਹੀਦੀ ਹੈ ਵੱਡੇ ਨੂੰ ਭਾਵੇਂ ਛੱਡ ਦਿਓ ਹੂੰ ਪਰ ਜਿਹੜੇ 5 ਏਕੜ ਵਾਲਾ ਇਹਨਾਂ ਨੇ ਕਦਮ ਉਠਾਉਣ ਜਾ ਰਹੇ ਨੇ ਇੱਕ ਚੰਗਾ ਕਦਮ ਹੈ ਇਹਦੀ ਆਪਾਂ ਸਵਾਗਤ ਕਰਦੇ ਹਾਂ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਦੇ ਵਿੱਚ ਵੀ ਇਸ ਗੱਲ ਤੇ ਉੱਤੇ ਚੰਗਾ ਪੱਖ ਜਾਏਗਾ ਜੀ ਢਿਲੋ ਜੀ ਪੰਜਾਬ ਦੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਜਿਨ੍ਹਾਂ ਦਾ ਭਦੌਰ ਦੇ ਹਲਕੇ ਦੇ ਵਿੱਚ ਵਿਰੋਧ ਹੋਇਆ ਪਰ ਕੁਝ ਤਸਵੀਰਾਂ ਅਜਿਹਿਆਂ ਵੀ ਸਾਹਮਣੇ ਆਈਆਂ ਨੇ ਜੋ ਕਿ ਕਿਉਂਕਿ ਹਰ ਵਾਰੀ ਦੇਖਦੇ ਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਕੁਝ ਵੱਖਰਾ ਕਰਦੇ ਨੇ ਤਾਂ ਉਹਨਾਂ ਦੀਆਂ ਜੜੀਆਂ ਉਹ ਵੀਡੀਓ ਨੇ ਤੇ ਫੋਟੋਆਂ ਨੇ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੁੰਦੀਆਂ ਨੇ ਤੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕ੍ਰਿਕਟ ਖੇਡੀ ਗਈ ਅਤੇ ਬਜ਼ੁਰਗਾਂ ਦੇ ਨਾਲ ਤਾਸ਼ ਵੀ ਖੇਡਿਆ ਗਿਆ ਤੇ ਉੱਥੇ ਵਿਰੋਧ ਵੀ ਹੋਇਆ ਜਿਹੜਾ ਵਿਰੋਧ ਹੋਇਆ ਸ਼ਾਇਦ ਕੋਟਦੁੰਨੇ ਪਿੰਡ ਦੇ ਵਿੱਚ ਹੋਇਆ ਹੈ ਜੀ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ ਕਹਿ ਰਹੇ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਦਿਓ ਹਮ ਮੈਂ ਇਹ ਸਾਰੇ ਕਿਸਾਨ ਵੀਰ ਸਾਡੇ ਆਪਣੇ ਨੇ ਜੀ ਸਵਾਲ ਪੁੱਛੋ ਹਮ ਤੇ ਦੂਜੇ ਨੂੰ ਸਵਾਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਹੈ ਬਿਲਕੁਲ ਜੀ ਪਰ ਢੰਗ ਸਹੀ ਰੱਖੋ ਹਮ ਤੁਸੀਂ ਝੰਡੇ ਦਿਖਾਓ ਵਿਰੋਧ ਕਰੋ ਮਰਦਾਬਾਦ ਕਰੋ ਇਹ ਸੰਵਿਧਾਨ ਤੁਹਾਨੂੰ ਸ਼ਾਂਤਮਈ ਰਹਿ ਕੇ ਹੱਕ ਦਿੰਦਾ ਹੈ। ਹਮ ਪਰ ਜਦੋਂ ਅਸੀਂ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਕੜਮ ਚੌਧਰੀ ਬਣ ਕੇ ਕੰਮ ਕਰਾਂਗੇ ਉੱਥੇ ਟਕਰਾਰ ਹੋਣਗੇ। ਉਹ ਟਕਰਾਰ ਚੰਗੇ ਦੀ। ਬਿਲਕੁਲ ਜੀ। ਨਾ ਤੁਹਾਡੇ ਪਾਸੇ ਚੰਗੇ ਆ ਨਾ ਦੂਜੇ ਪਾਸੇ ਚੰਗੇ ਨੇ। ਹਮ ਮੇਰਾ ਖਿਆਲ ਹੈ ਕਿ ਕੋਈ ਇਸ ਤਰ੍ਹਾਂ ਦਾ ਮੰਚ ਇੱਕ ਦਿਨ ਕਰ ਲੈਣਾ ਚਾਹੀਦਾ ਹੈ। ਇਹ ਸਾਰੇ ਆਗੂ ਉਹਨੇ ਇਕੱਠੇ ਕਰਕੇ ਮੰਚ ਤੇ ਬਹਾਲੋ। ਉਹਨਾਂ ਨੇ ਜਿਹੜੇ ਜਿਹ ਤੋਂ ਸਵਾਲ ਪੁੱਛਣਾ ਉਹ ਸਵਾਲ ਪੁੱਛਣ। 83 ਆਗੂ ਜਿਹੜੀ ਵੀ ਪਾਰਟੀ ਨਾਲ ਸੰਬੰਧਤਾ ਜਿਹਦੇ ਨਾਲ ਸੰਬੰਧਤ ਸਵਾਲ ਹੋਵੇ ਉਹਦਾ ਜਵਾਬ ਦੇਵੇ ਉਹ ਹੂੰ ਨਾਲੇ ਲੋਕਾਂ ਨੂੰ ਪਤਾ ਲੱਗ ਜੇ ਕਿਹੜੇ ਨੇ ਕੀ ਕੀਤਾ ਹੈਗਾ ਬਿਲਕੁਲ ਜੀ ਦੂਜਾ ਰੰਗ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਥਾਂ ਤੇ ਬੱਚੇ ক্রিকেট ਖੇਡ ਰਹੇ ਸੀ ਹੂੰ ਤਾਂ ਚੰਨੀ ਸਾਹਿਬ ਉੱਥੇ ক্রিকেট ਵੀ ਖੇਡਣ ਲੱਗੇ ਜੀ ਤੀਜੀ ਥਾਂ ਦੇ ਉੱਤੇ ਉਹ ਕਹਿੰਦੇ ਵੀ ਕੁਝ ਬਜ਼ੁਰਗਾਂ ਦੇ ਨਾਲ ਤਾਸ਼ ਵੀ ਖੇਡੇ ਆ ਤਾਂ ਫਿਰ ਉਹੀ ਜੱਟ ਮੰਝੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਉਧੀਆਂ ਲਾਈਨਾ ਮੱਖਣ ਬਰਾੜ ਦੀਆਂ ਯਾਦ ਆਉ ਜਾਂਦੀਆਂ ਜੋ ਗੁਰਦਾਸ ਮਾਨ ਨੇ ਗਾਈਆਂ ਨੇ ਜੀ ਕਹਿੰਦਾ ਸੱਤ ਵਿੱਚ ਸੀਬ ਖੇਡਾ ਬਾਬਿਆਂ ਦੀ ਢਾਲੀ ਨਾਲ ਹਮ ਆੜੀ ਨੇ ਬਣਾ ਤੇ ਤੇਰਾ ਜੱਕਾ ਪਾ ਕੇ ਰਾਣੀ ਨਾਲ ਕਹਿੰਦਾ ਬੋਲ ਕੇ ਨਾ ਖੇਡ ਕਾਕਾ ਕੰਮ ਨਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਸੋ ਉੱਥੇ ਕੱਲ ਉਹਨਾਂ ਦਾ ਇੱਕ ਰੰਗ ਉਹ ਵੀ ਦੇਖਿਆ ਗਿਆ ਕੱਲ ਪਟਿਆਲੇ ਦੇ ਵਿੱਚ ਇੱਕ ਰੰਗ ਉਹ ਵੀ ਦੇਖਿਆ ਗਿਆ ਕਿ ਜਦੋਂ ਉਹ ਆਏ ਤਾਂ ਬੈਰੀਕੇਡ ਤੋੜ ਕੇ ਉਹ ਆਮ ਲੋਕਾਂ ਦੇ ਵਿੱਚ ਚਲੇ ਗਏ ਜੋ ਮੁੱਖ ਮੰਤਰੀ ਸਭ ਅਕਸਰੀ ਚਿਹਰੇ ਜਾਂਦੇ ਨੇ ਹਮ ਸੋ ਮੁੱਖ ਮੰਤਰੀ ਸਾਹਿਬ ਵੀ ਇੱਕ ਦਿਨ ਦੇ ਮੁੱਖ ਮੰਤਰੀ ਅਨਿਲ ਕਪੂਰ ਨਾਇਕ ਫਿਲਮਾਂ ਵਾਂਗ ਵਾਂਗੂ ਕੰਮ ਕਰਦੇ ਆ ਉਹ ਦੂਜਿਆਂ ਨਾਲ ਕੁਝ ਹਰ ਰੋਜ਼ ਨਵਾਂ ਕਰਨ ਦਾ ਯਤਨ ਕਰਦੇ ਆ ਤੇ ਲੋਕਾਂ ਵਿੱਚ ਜਾਣ ਦਾ ਯਤਨ ਕਰਦੇ ਆ ਸ਼ਾਇਦ ਇਹ ਦਰਸਾਉਣ ਲੱਗੇ ਹੋਏ ਨੇ ਕਿ ਮੈਂ ਤੁਹਾਡੇ ਵਿੱਚੋਂ ਹੀ ਆ ਆਮ ਲੋਕਾਂ ਦੇ ਵਿੱਚੋਂ ਆ ਇਹ ਲੋਕ ਉਹਨਾਂ ਦੀ ਗੱਲ ਨੂੰ ਪਸੰਦ ਵੀ ਕਰਦੇ ਰਹੇ ਮੈਂ ਨਾਲ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕਰਾਂ ਕਿ ਜੇ ਕਿਸਾਨ ਤੋਂ ਤੋਂ ਸਵਾਲ ਪੁੱਛਦੇ ਸੀ ਤਾਂ ਉਹਨਾਂ ਦੇ ਵਿੱਚੋਂ 5-4 ਦਾ ਕਿਸਾਨਾਂ ਨੂੰ ਬੁਲਾ ਲਿਆ ਜਾਂਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਹੁੰਦੇ ਚੰਗਾ ਸੀ ਸੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਹਿੰਸਕ ਨਹੀਂ ਹੋਣਾ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਪੁੱਛਣਾ ਤੁਹਾਡਾ ਅਧਿਕਾਰ ਆ ਤੇ ਤੁਹਾਨੂੰ ਪੁੱਛਣੇ ਚਾਹੀਦੇ ਜੀ ਟਿਲੋ ਜੀ ਗੱਲਬਾਤ ਕਰ ਰਹੇ ਨੇ ਕਾਂਗਰਸੀ ਆਗੂ ਜਸਵੀਰ ਸਿੰਘ ਡਿੰਪਾ ਦੀ ਜਿਨ੍ਹਾਂ ਨੇ ਬਗਾਵਤੀ ਸੁਰ ਨਜ਼ਰ ਆ ਰਹੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਟਵਿੱਟਰ ਤੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਨਾ ਪਾਰਟੀ ਦੇ ਪ੍ਰਵਾਹ ਕੀਤੇ ਬਿਨਾ ਤੁਸੀਂ ਕਿਸੇ ਵੀ ਉਮੀਦਵਾਰ ਨੂੰ ਜਿਹੜੇ ਕਿ ਵੋਟ ਪਾਓ ਜੋ ਇਮਾਨਦਾਰ ਹੋਵੇ ਇਹਦਾ ਮਤਲਬ ਤੁਸੀਂ ਹੈ ਨਹੀਂ ਜੀ ਡਿੰਪਾ ਸਾਹਿਬ ਜਦੋਂ ਗਾਹਾਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ ਹੂੰ ਉਦੋਂ ਕਿਸੇ ਪਾਰਟੀ ਵੱਲੋਂ ਖੜੇ ਹੋਏ ਇਹ ਕੁਝ ਉਦੋਂ ਕਹਿਣ ਹੂੰ ਜਾਂ ਪਹਿਲਾਂ ਕਹਿੰਦੇ ਜਦੋਂ ਲੋਕ ਸਭਾ ਜਿੱਤੇ ਨੇ ਜੀ ਕਿ ਇਮਾਨਦਾਰ ਸਭੀ ਵਾਲੇ ਬੰਦੇ ਨੂੰ ਵੋਟਾਂ ਪਾਈਆਂ ਜਾਂ ਇਹ ਉਹਨਾਂ ਦਾ ਆਪਣਾ ਪੱਖ ਹੈ ਆਪਣਾ ਤਰਕ ਹੈ ਹਮ ਅਸਲ ਦੇ ਵਿੱਚ ਦੁੱਖ ਤਕਲੀਫ ਉਹ ਆ ਉਹ ਆਪਣੇ ਬੇਟੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਖਡੂਰ ਸਾਹਿਬ ਹਲਕੇ ਤੋਂ ਜੀ ਇਸੇ ਕਰਕੇ ਉਹਨਾਂ ਦਾ ਭਰਾ ਰਾਜਨਵੀਰ ਸਿੰਘ ਗਿੱਲ ਇਹਨਾਂ ਦਾ ਗਿੱਲ ਗੋਤਾ ਡਿੰਪਾ ਸਾਹਿਬ ਨੂੰ ਮੈਂ ਕਾਫੀ ਪੁਰਾਣੇ ਸਮੇਂ ਤੋਂ ਜਾਣਦਾ ਹਾਂ ਹਮ ਪੁਰਾਣੇ ਕਾਂਗਰਸੀ ਆਗੂ ਨੇ ਜੀ ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਅੱਜ ਪਾਰਟੀਆਂ ਬੌਣੀਆਂ ਹੋ ਗਈਆਂ ਨੇ ਲੀਡਰ ਵੱਡੇ ਹੋ ਗਏ ਨੇ ਬਿਲਕੁਲ ਜੀ ਅਗਲੇ ਸਮੇਂ ਦੇ ਵਿੱਚ ਤੁਸੀਂ ਜਦੋਂ ਆਪ ਖੜੇ ਹੋਵੋ ਉਦੋਂ ਕਹੋ ਕਿ ਜਿਹੜਾ ਇਮਾਨਦਾਰ ਬੰਦਾ ਉਹਨੂੰ ਵੋਟਾਂ ਪਾ ਦਿਓ ਦੂਜੇ ਨੂੰ ਭਾਵੇਂ ਨਾ ਪਾਇਓ ਸੋ ਉਹਨਾਂ ਨੇ ਮੇਰੇ ਖਿਆਲ ਆ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਕਾਂਗਰਸ ਪ੍ਰਤੀ ਕ੍ਰੋਧ ਹੈ ਉਹਨਾਂ ਨੂੰ ਗੁੱਸਾ ਹੈ ਉਹਨਾਂ ਨੂੰ ਟਿਕ ਟਿਕ ਉਹਨਾਂ ਦੇ ਘਰੇ ਉਹਨਾਂ ਦੇ ਭਰਾ ਜਾਂ ਉਹਨਾਂ ਦੇ ਪੁੱਤਰ ਨੂੰ ਨਹੀਂ ਮਿਲੀ ਇਸ ਕਰਕੇ ਉਹਨਾਂ ਦੀ ਨਾਰਾਜ਼ਗੀ ਕਾਂਗਰਸ ਨਾਲ ਉਹ ਲੱਗਦੀ ਹੈ ਪਰ ਕਾਂਗਰਸੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਗੂ ਨਾਰਾਜ਼ ਹੋ ਕੇ ਬੱਕਰੇ ਸੁਰ ਆਲਾਪ ਰਹੇ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਦਾ ਗੁੱਸਾ ਸ਼ਾਂਤ ਕਰਨਾ ਚਾਹੀਦਾ ਹੈ ਉਹਨਾਂ ਦੀ ਤਕਲੀਫ ਪੁੱਛੋ ਉਹਨਾਂ ਦੀ ਤਕਲੀਫ ਪੁੱਛ ਕੇ ਉਸ ਤੋਂ ਬਾਅਦ ਹੀ ਅੱਜਕੱਲ ਟਿਕਟਾਂ ਬਾਰੇ ਜਿਹਨੂੰ ਟਿਕਟਾਂ ਨਹੀਂ ਮਿਲਿਓ ਨਾਲ ਦੀ ਨਾਲ ਇਲਜ਼ਾਮ ਲਾ ਦਿੰਦਾ ਹੈ ਕਿ ਇਹ ਤਾਂ ਕਰੋੜਾਂ ਦੇ ਵਿੱਚ ਵੇਚੀ ਗਈ ਹੈ ਜੀ ਇਹ ਸਪਸ਼ਟ ਹੋਣੀ ਚਾਹੀਦੀ ਹੈ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਇਨਚਾਰਜ ਹਰੀ ਚੌਧਰੀ ਇਹਨਾਂ ਨੂੰ ਇਹਦੇ ਤੇ ਦੱਸਣਾ ਚਾਹੀਦਾ ਜਿਵੇਂ ਕੇਜਰੀਵਾਲ ਸਾਹਿਬ ਕਦੇ ਨਹੀਂ ਦੱਸ ਰਹੇ ਉਹਨਾਂ ਤੇ ਵੀ ਇਲਜ਼ਾਮ ਲਾ ਰਹੇ ਨੇ ਉਹਨਾਂ ਦੇ ਹੀ ਬੰਦੇ ਜੀ ਜਿਹੜਾ ਰਮਨਦੀਪ ਸਿੰਘ ਅਮਨਦੀਪ ਸਿੰਘ ਆਸ਼ੂ ਬਾਂਗੜਾ ਇੱਕ ਮੋਗੇ ਵਾਲੇ ਨੇ ਇਲਜ਼ਾਮ ਲਾਏ ਨੇ ਜਿਹਦਾ ਕੇਜਰੀਵਾਲ ਸਾਹਿਬ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਹੈਗਾ ਇੱਕ ਪਾਸੇ ਉਹ ਨਵਾਂ ਨਿਜਾਮ ਬਦਲਣ ਵਾਸਤੇ ਆਏ ਨੇ ਉਹਨਾਂ ਨੂੰ ਘੱਟੋ-ਘੱਟ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਇਲਜ਼ਾਮ ਲੋਕ ਕਚਹਿਰੀ ਦੇ ਵਿੱਚ ਲੋਕਾਂ ਦੇ ਵਿੱਚ ਕਲੀਅਰ ਕਰਦੇ ਨੇ ਚਾਹੀਦੇ ਨੇ ਕਿ ਇਹ ਇਲਜ਼ਾਮ ਸਾਡੇ ਦੇ ਜਾਣ ਬੁੱਝ ਕੇ ਲਾਉਂਦੇ ਨੇ ਇਦੇ ਵਿੱਚ ਕੋਈ ਸਚਾਈ ਨਹੀਂ ਪਰ ਅਜੇ ਤੱਕ ਕੇਜਰੀਵਾਲ ਸਾਹਿਬ ਵੱਲੋਂ ਜਵਾਬ ਨਾ ਦੇਣਾ ਦਾ ਭਗਵੰਤ ਸਿਉ ਮਾਨ ਵੱਲੋਂ ਜਵਾਬ ਨਾ ਦੇਣਾ ਸ਼ੱਕ ਪੈਦਾ ਕਰਦਾ ਹੈ ਜੀ ਜੀ ਢਿੱਲੋ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਇਹ ਸੰਜਸਪਾਤ ਸਿੰਘ ਢਿੱਲੋ ਜੀ ਜਨਰੇਕਿਸ ਪੋਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੈਨੂੰ ਦਿਓ ਇਜਾਜ਼ਤ ਸਸਟੀਆਂ ਕਾਲ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ